सत्ता दे विच आउण तों पहलां आम आदमी पार्टी दे वल्लों लोकां दे नाल बहुत सारे वादे कीते गए सन। इन्हां वादियां दे विचों एक 300 यूनिट बिजली दे माफ करन दा दावा कीता गया, जिस नूं लै के जिला पठानकोट दे विच पहुंचे कैबिनेट मंत्री लाल चंद कटारू चक दे वल्लों कहा गया कि जल्द ही पंजाब वासियां नूं बिजली तों राहत मिलेगी ते हो सकता है कि आउण वाले समें दे विच बिजली दे बिल लोकां दे जीरो होण। इस दे नाल ही कैबिनेट मंत्री होर की कुछ बोलदे होए इस मौके ते नजर आए ने, आओ तुहानू वी सुणाउंदे आं। ਚਲਾ ਹੁਣ ਲੋਕੀ ਤਾਂ ਆਮ ਆਦਮੀ ਪਾਰਟੀ ਨੇ ਅੱਜ ਜਿਹੜਾ ਆ ਉੱਥੇ ਸ਼ਕਤੀ ਪ੍ਰਦਰਸ਼ਨ ਵੀ ਸੀਗਾ, ਕਿਸ ਤਰ੍ਹਾਂ ਦਾ ਹੁੰਦਾ ਰਮ ਲਿਆ? ਦੇਖੋ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਹੜਾ ਵਿਕਾਸ ਮਾਡਲ ਹੈ, ਜਿਹਦੇ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਲਿਆਂਦਾ। ਹੁਣ ਪੰਜਾਬ ਨੇ ਜਿਹੜੀ ਮਤਲਬ ਪੰਜਾਬ ਦੇ ਲੋਕਾਂ ਨੇ ਜਿਹੜਾ ਬੰਪਰ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ, ਪੰਜਾਬ ਦੀ ਵਿਕਟਰੀ ਦਾ ਗੁਆਂਢੀ ਰਾਜਾਂ 'ਤੇ ਬੜਾ ਵੱਡਾ ਅਸਰ ਹੈ। ਮੈਂ ਵੀ 4-5 ਦਿਨ ਪਹਿਲਾਂ ਹਿਮਾਚਲ ਜਾ ਕੇ ਆਇਆ ਔਰ ਬਹੁਤ ਉਮੀਦ ਦੇ ਨਾਲ, ਬਹੁਤ ਆਸਾਂ ਦੇ ਨਾਲ ਲੋਕ ਆਮ ਆਦਮੀ ਪਾਰਟੀ ਨੂੰ ਹਿਮਾਚਲ ਦੇਖ ਰਹੇ ਆ। ਅੱਜ ਜਿਹੜਾ ਮੰਡੀ ਦੇ ਅੰਦਰ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਤੇ ਇਕੱਠ ਹੋਇਆ, ਉਹ ਹਿਮਾਚਲ ਦੇ ਇਤਿਹਾਸ ਵਿੱਚ ਨਵੇਕਲੇ ਇਕੱਠਾਂ 'ਚੋਂ ਇਕੱਠ ਹੈ। ਆਪਣੇ ਸਾਧਨ, ਆਪਣੇ ਮੋਟਰ ਵਹੀਕਲ ਕਰਕੇ ਲੋਕ ਉੱਥੇ ਪੁੱਜੇ ਆ। ਸੋ ਬਹੁਤ ਵੱਡਾ ਬਦਲਾਵ ਤੁਹਾਨੂੰ ਆਉਣ ਵਾਲੇ ਸਮੇਂ ਦੇਖਣ ਨੂੰ ਮਿਲੇਗਾ। ਕੀ ਉਡੀਕ ਕਰ ਰਹੇ ਨੇ ਬਿਜਲੀ ਮੁਫਤ ਦੀ, ਕਦੋਂ ਤੱਕ ਸਰਕਾਰ ਜਿਹੜੀ ਹੈ? ਬਹੁਤ ਜਲਦੀ, ਮੇਰਾ ਤਾਂ ਇਹ ਦਾਅਵਾ ਹੈ ਵੀ ਜਿਹੜਾ ਆਉਣ ਵਾਲੇ ਬਿੱਲ ਆਉਣੇ ਆ ਉਹ ਬਿੱਲ ਪੰਜਾਬ ਦੇ ਸਭ ਲੋਕਾਂ ਦੇ ਜਿਹੜੇ ਸਰਿਆਤ ਦੇ ਘੇਰੇ 'ਚ ਆਉਂਦੇ ਆ ਉਹ ਜ਼ੀਰੋ ਬਿੱਲ ਆਉਣੇ ਆ ਔਰ ਆਮ ਆਦਮੀ ਪਾਰਟੀ ਨੇ ਇੱਕ ਗਰੰਟੀ ਪੂਰੀ ਕਰਨ ਦਾ ਜਿਹੜਾ ਕੰਮ ਉਹ ਸ਼ੁਰੂ ਕਰਤਾ ਪੰਜਾਬ ਦੇ।